ਅੱਜ ਮੈਂ ਤੁਹਾਨੂੰ ਇੱਕ ਰੈਸਪੀ ਦੱਸਦੀਆਂ ਬੱਚਿਆਂ ਲਈ ਟਿਫਨ ਦੀ ਇਸ ਦੇ ਲਈ ਇੱਕ ਬੌਲ ਲੈ ਕੇ ਮੈਂ ਇੱਕ ਸੂਜੀ ਦੀ ਕੌਲੀ ਲਈ ਹੈ ਸੂਜੀ ਦੀ ਕੌਲੀ ਭਰ ਕੇ ਲਈ ਹੈ ਔਰ ਉਸ ਦੇ ਵਿੱਚ ਇੱਕ ਚਮਚਾ ਵੱਡਾ ਕੜਚੀ ਬੇਸਨ ਦੀ ਪਾ ਲਈ ਇਹ ਹੈਲਦੀ অপਸ਼ਨ ਹੈ ਬੱਚਿਆਂ ਦੇ ਲਈ ਬੇਸਨ ਖਾਣਾ ਬੱਚਿਆਂ ਨੂੰ ਸਰਦੀਆਂ ਚ ਬਹੁਤ ਅੱਛਾ ਹੁੰਦਾ ਹੈ ਔਰ ਇਸ ਦੇ ਲਈ ਮੈਂ ਪੌਣੀ ਕੌਲੀ ਦਹੀਂ ਦੀ ਲਈ ਇਸ ਨੂੰ ਮਿਕਸ ਕਰ ਲਵਾਂਗੇ ਆਪਾਂ ਛੇ ਤਰ੍ਹਾਂ ਮੈਂ ਦਹੀਂ ਤੇ ਬੇਸਨ ਤੇ ਸੂਜੀ ਇੱਕ ਕਟੋਰੀ ਸੂਜੀ ਦੀ ਇੱਕ ਕੜਚੀ ਬੇਸਨ ਦੀ ਤੇ ਦਹੀਂ ਦੀ ਥੋੜੀ ਜਿਹੀ ਘੱਟ ਉਸ ਦੇ ਵਿੱਚ ਥੋੜਾ ਜਿਹਾ ਪਾਣੀ ਲੈ ਲੇ ਪਾਣੀ ਲੈ ਕੇ ਇਸ ਨੂੰ ਮਿਕਸ ਕਰ ਲੈਣਾ ਆਪਾਂ ਨੇ ਤਾਂ ਕਿ ਇਸ ਨੂੰ ਹੁਣ ਮਿਕਸ ਕਰਕੇ ਆਪਾਂ ਰੱਖ ਦਵਾਂਗੇ ਤਾਂ ਕਿ ਥੋੜਾ ਜਿਹਾ ਸੂਜੀ ਫੁੱਲਣ ਦਾ ਟਾਈਮ ਲੈਂਦੀ ਹੈ ਪਾਣੀ ਨੂੰ ਅਬਜ਼orb ਕਰ ਲੈਂਦੀ ਹੈ ਇਹ ਤੇ ਇਸ ਤੇ ਵਿੱਚ ਆਪਾਂ ਇਸ ਦਾ ਦੇਖ ਲਵਾਂਗੇ ਟੈਕਸਚਰ ਇਹੋ ਜਿਹਾ ਹੋਣਾ ਚਾਹੀਦਾ ਹੈ ਸਨ ਇਡਲੀ ਬਣਾਉਣ ਲਈ ਇਸ ਇਡਲੀ ਨੂੰ ਹੈਲਦੀ ਬਣਾਉਣ ਦੇ ਲਈ ਕਈ ਵਾਰੀ ਤਾਂ ਆਪਾਂ ਤੜਕਾ ਲਾ ਲੈਨੇ ਮੈਂ ਬੈਸੀ 1 ਟੇਬਲस्पून ਇਸ ਦੇ ਵਿੱਚ ਕੀ ਦਾ ਪਾਇਆ ਆਇਲ ਦਾ ਪਾਇਆ ਤੇ ਥੋੜਾ ਜਨਾ ਨਮਕ ਪਾਇਆ ਤੇ ਉਸ ਤੋਂ ਬਾਅਦ ਮੈਂ ਇਸ ਦੇ ਵਿੱਚ ਰਾਈ ਰਾਈ ਥੋੜੀ ਜਿੰਨੀ ਪਾਈਏ ਤੇ राई ਪਾ ਕੇ ਇਸ ਤੋਂ ਬਾਅਦ ਮੈਂ ਜਿਹੜੀਆਂ ਸਬਜ਼ੀਆਂ ਤੁਹਾਨੂੰ ਤੁਹਾਡੇ ਬੱਚੇ ਨੂੰ ਅੱਛੀਆਂ ਲੱਗਦੀਆਂ ਸਬਜ਼ੀਆਂ ਉਹ ਛੋਟੀਆਂ-ਛੋਟੀਆਂ ਕੱਟ ਲੈਣੀਆਂ ਮੈਂ ਪਿਆਜ਼ ਗਾਜਰ ਤੇ ਪੱਤ ਗੋਭੀ ਇਹ ਛੋਟੀਆਂ-ਛੋਟੀਆਂ ਕੱਟ ਕੇ ਬਰੀਕ-ਬਰੀਕ ਕੱਟ ਕੇ ਇਸ ਦੇ ਵਿੱਚ ਪਾ ਦਿਆਂ ਇਸ ਨੂੰ ਆਪਾਂ ਬਹੁਤ ਹੈਲਦੀ ਆਪਸ਼ਨ ਮੰਨਦੇ ਆ ਬੱਚੇ ਬਹਾਨੇ ਦੇ ਨਾਲ ਖਾ ਲੈਂਦੇ ਨੇ ਸਬਜ਼ੀਆਂ ਔਰ ਉਹਨਾਂ ਨੂੰ ਅੱਛੀਆਂ ਵੀ ਲੱਗਦੀਆਂ ਜੇ ਇਸ ਤਰ੍ਹਾਂ ਵੀ ਬੱਚੇ ਨਾ ਖਾਂ ਤਾਂ ਇਹਨਾਂ ਨੂੰ ਤੁਸੀਂ ਪੀਸ ਕੇ ਵੀ ਪਾ ਸਕਦੇ ਹੋ ਇੱਕ ਬੱਚੇ ਨੂੰ ਬੜਾ ਅੱਛਾ ਟੇਸਟ ਆਉਂਦਾ ਹੈ ਇਡਲੀ ਖਾਂ ਜਦੋਂ ਉਹ ਖਾਂਦੇ ਨੇ ਇਹ ਬਹੁਤ ਵਿੱਚੋਂ ਸੌਫਟ ਬਣਦੀ ਹੈ ਇਡਲੀ ਔਰ ਬੱਚੇ ਨੂੰ ਲੰਚ ਬਾਕਸ ਦੇ ਵਿੱਚ ਦੇਣੀ ਖਾਣੇ ਵੀ ਆਸਾਨ ਹੈ ਇਸ ਨੂੰ ਆਪਾਂ ਮਿਕਸ ਕਰ ਲਵਾਂਗੇ ਅੱਛੀ ਤਰ੍ਹਾਂ मिक्स ਕਰਕੇ ਇਸ ਤੋਂ ਬਾਅਦ ਆਪਾਂ ਇਸ ਦੇ ਵਿੱਚ ਇਹਨੂੰ ਪਾ ਕੇ ਇੱਕ 스ਪੂਨ ਤੋਂ ਮੈਂ ਥੋੜਾ ਮਟੀਰੀਅਲ ਜ਼ਿਆਦਾ ਲਿਆ ਹੈ ਕਿਉਂਕਿ ਬੱਚਿਆਂ ਨੂੰ ਛੁੱਟੀਆਂ ਹੋ ਗਈਆਂ ਤੇ ਮੈਂ ਜ਼ਿਆਦਾ ਬਣਾ ਰਹੀ ਹਾਂ ਇਸ ਦੇ ਲਈ ਮੈਂ ਸਿਲੀਕੋਨ ਦਾ ਇੱਕ ਕੰਟੇਨਰ ਲਿਆ ਮੈਂ microwaves ਕਿ ਬਣਾਉਂਗੀ ਜਾਂ ਤੁਸੀਂ ਮੈਂ ਜਿਹੜਾ ਸਟੈਂਡ ਦਿਖਾਇਆ ਸੀ ਉਸ 'ਚ ਵੀ ਬਣਾ ਸਕਦੇ ਹੋ ਛੋਟੀਆਂ-ਛੋਟੀਆਂ ਬੱਚਿਆਂ ਨੂੰ ਗੋਲ-ਗੋਲੇ ਜੁੱੜੀਆਂ ਬਣਾ ਕੇ ਵੀ ਦੇ ਸਕਦੇ ਹੋ ਮੈਂ ਇਸੇ ਦੇ ਵਿੱਚ ਬਣਾ ਰਹੀ ਹਾਂ ਮਾਈਕ੍ਰੋਵੇਵ 'ਚ ਤੁਸੀਂ ਬੜੀ ਜਲਦੀ ਬਣ ਜਾਂਦੀ ਹੈ ਔਰ ਇਸ ਦੇ ਵਿੱਚ ਹੁਣ ਮੈਂ ਮਟੀਰੀਅਲ ਦੇ ਵਿੱਚ ਇਨੋ ਪਾ ਕੇ ਇਨੋ ਦਾ ਇੱਕ ਚਮਚਾ ਜੋ ਥੋੜਾ ਜਿਹਾ ਮੈਂ ਉੱਪਰ ਪਾਇਆ ਹੈ ਕਿਉਂਕਿ ਥੋੜਾ ਜਿਆਦਾ ਹੈ ਇਹ ਨਹੀਂ 1 टीस्पून ਵੀ ਬਹੁਤ ਇਨੋ ਹੁੰਦਾ ਇਸ ਨੂੰ ਪਾ ਕੇ ਇਸ ਨੂੰ ਫਟਾਫਟ ਇਨੋ ਪਾਉਣ ਤੋਂ ਬਾਅਦ ਦੇਖੋ ਇਸ ਨੂੰ ਜ਼ਿਆਦਾ ਟਾਈਮ ਨਹੀਂ ਰੱਖਣਾ ਚਾਹੀਦਾ ਇਸ ਨੂੰ ਤੁਸੀਂ ਮਿਕਸ ਕਰ ਲਓ मिक्स ਕਰਕੇ ਇਹ ਦੇਖੋ ਚੱਗ ਜੀ ਹੋ ਜਾਂਦੀ ਹੈ ਇਕਦਮ ਇਹ ਫੁੱਲ ਜਾਂਦਾ ਹੈ ਇਸ ਨੂੰ ਮੈਂ ਇਸ ਕੰਟੇਨਰ ਚ ਪਾ ਕੇ 7 ਮਿੰਟਾਂ ਲਈ ਮਾਈਕ੍ਰੋਵੇਵ ਚ ਰੱਖਦਾ ਉਸ ਤੋਂ ਬਾਅਦ ਆਪਾਂ ਕੱਢ ਕੇ ਇਸ ਨੂੰ ਦੇਖਿਆ ਤਾਂ ਇਹ ਤੁਸੀਂ ਬਿਲਕੁਲ ਜੇ ਸਾਫ ਛੁਰੀ ਦੇਖੋ ਬਿਲਕੁਲ ਸਾਫ ਹੁੰਦੀ ਹੈ ਇਹ ਬਣ ਗਿਆ 7 ਮਿੰਟਾਂ ਚ ਹੀਡਲੀ ਬਣ ਗਈ ਬੜੀ ਜਲਦੀ ਬਣ ਜਾਂਦੀ ਹੈ ਸਵੇਰੇ ਸਵੇਰੇ ਇਹ ਤੁਹਾਨੂੰ ਬੱਚਿਆਂ ਨੂੰ ਆਰਾਮ ਹੋ ਜਾਂਦਾ ਦੇਣ ਲਈ ਔਰ ਇਸ ਤੋਂ ਬਾਅਦ ਇਹ ਹੁਣ ਥੋੜਾ ਠੰਡਾ ਹੋਣਾ ਮੈਂ ਰੱਖਤਾ ਠੰਡਾ ਹੋ ਗਿਆ ਤਾਂ ਇਸ ਨੂੰ ਆਪਾਂ ਬਰਫੀ ਦੀ ਤਰ੍ਹਾਂ ਕੱਟ ਲਵਾਂਗੇ ਆ ਹੁਣ ਇਹ ਕੱਟ ਲਏ ਮੈਂ ਇਹ ਪੀਸਿਸ ਤੁਸੀਂ ਰੱਖ ਦੋ ਬੈਸੇ ਜੇ ਤੁਸੀਂ ਖਾਣੀ ਹੈ ਤਾਂ ਇਸ ਨੂੰ ਥੋੜਾ ਜਿਹਾ ਹੋਰ ਸਪਾਈਸੀ ਬਣਾਉਣ ਦੇ ਲਈ ਅਸੀਂ ਤੜਕਾ ਲਾ ਸਕਦੇ ਹਾਂ ਇਹ ਬੱਚਿਆਂ ਲਈ ਮੈਂ ਬਣਾਈ ਹੈ ਇਸ ਕਰਕੇ ਨਮਕ ਮਿਰਚ ਘੱਟ ਪਾਇਆ ਤਾਂ ਇਹ ਜਦੋਂ ਜੇ ਅਸੀਂ ਖਾਣੀ ਹੈ ਤਾਂ ਉਸ ਦੇ ਵਿੱਚ ਤੁਸੀਂ ਸੌਸੇਸ ਵੀ ਪਾ ਸਕਦੇ ਹੋ ਹਮ ਚਿੱਲੀ ਵੀ ਪਾ ਸਕਦੇ ਹਾਂ ਰੈੱਡ ਮਿਰਚ ਵੀ ਪਾ ਸਕਦੇ ਹਾਂ